ਖਾਲਸਾ ਟੀਵੀ ਦੇਖ ਰਹੇ ਸਭ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਖੇੜੇ ਤੋਂ ਖਿਦਰਾਬਾਦ ਜਾਣ ਵਾਲੀ ਸੜਕ ਜਿੱਥੇ ਪੁਲੀ ਟੁੱਟਣ ਕਾਰਨ ਕਈ ਦਿਨਾਂ ਤੋਂ ਰਸਤਾ ਬੰਦ ਪਿਆ ਸੀ, ਅੱਜ ਖਾਲਸਾ ਟੀਵੀ ਚੈਨਲ ਦੀ ਖਬਰ ਦਾ ਅਸਰ ਹੋਇਆ ਹੈ, ਜਿੱਥੇ ਕਿ ਇਹ ਸੜਕ PWD ਦੁਆਰਾ ਚਾਲੂ ਕਰ ਦਿੱਤੀ ਗਈ ਹੈ ਰਾਹਗੀਰਾਂ ਖਾਤਰ। ਆਓ ਦੇਖਦੇ ਹਾਂ ਅਮਿਤ ਕੁਮਾਰ ਜੀ ਦੀ ਖਾਸ ਰਿਪੋਰਟ। ਜਿਹਨਾਂ ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਅਸੀਂ ਉਹਨਾਂ ਤੋਂ ਵੀ ਕੁਝ ਪੁੱਛ ਲੈਂਦੇ ਹਾਂ ਕਿ ਭਾਅ ਜੀ ਇੱਥੋਂ ਜੋ ਜਿਸ ਟਾਈਮ ਇਹ ਪੁਲੀ ਟੁੱਟੀ ਸੀਗੀ ਤੁਹਾਨੂੰ ਅਸੀਂ ਕਿਹੜੀਆਂ ਪ੍ਰੋਬਲਮਾਂ ਦਾ ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ? ਜਦੋਂ ਇਹ ਪੁਲੀ ਟੁੱਟੀ ਹੈ ਜੀ, ਸਾਡੇ ਬੱਚੇ ਆ ਸਕੂਲ ਵਿੱਚ ਜਾਣਾ ਬੰਦ ਹੋ ਗਿਆ ਅਤੇ ਸਾਨੂੰ 3-4 ਕਿਲੋਮੀਟਰ ਅੱਗੇ ਹੋਰ ਪਿੰਡਾਂ 'ਚ ਘੁੰਮ ਗਏ, ਉੱਧਰ ਹੀ ਪਾਣੀ ਆਇਆ ਸੀਗਾ, ਸਾਨੂੰ 10-10 ਕਿਲੋਮੀਟਰ 'ਤੇ ਵੀ ਜਾਣਾ ਪਿਆ। ਖਿਦਰਾਬਾਦ ਤੋਂ 1 ਕਿਲੋਮੀਟਰ 1.5 ਕਿਲੋਮੀਟਰ ਰਸਤਾ ਸਾਨੂੰ 10 ਕਿਲੋਮੀਟਰ ਘੁੰਮ ਕੇ ਜਾਣਾ ਪਿਆ ਅਤੇ ਸਕੂਲਾਂ ਖੇਤਾਂ ਵਿੱਚ ਲੋਕਾਂ ਨੂੰ ਲੱਖਾਂ ਲੱਖ ਲੈਣ ਜਾਣਾ ਪੈਂਦਾ ਸੀ, ਉਹ ਵੀ ਬੰਦ ਹੋ ਗਏ, ਤੂੜੀਆਂ ਪਾਣੀ ਪਈ, ਲੋਕਾਂ ਨੂੰ ਆਪਣੇ ਘਰਾਂ ਦੇ ਵੱਖ ਪਾਣੀ ਪਈ। ਪੁਲੀ ਟੁੱਟਣ ਨਾਲ ਇਹਨਾਂ ਨਾਲ ਕਿਆ ਕਿਆ ਮੁਸ਼ਕਿਲਾਂ, ਕਿਆ ਕਿਆ ਪ੍ਰੋਬਲਮਾਂ ਜਿਹੜੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਸੀਗੀਆਂ? ਹਾਂਜੀ ਭਾਅ ਜੀ, ਕਿਆ ਨਾਮ ਹੈ ਜੀ ਆਪਣਾ? ਮੇਰਾ ਨਾਮ ਬਹਾਦਰ ਸਿੰਘ ਹੈ, ਪਿੰਡ ਖਿਦਰਾਬਾਦ ਹੈ। ਪੁਲੀ ਟੁੱਟਣ ਕਰਕੇ ਸਾਰਾ ਖਿਦਰਾਬਾਦ ਦਾ ਸੰਪਰਕ ਟੁੱਟ ਗਿਆ ਤਾ, ਜੋ ਸਾਨੂੰ ਕਿ ਸੰਗਤਪੁਰੇ ਵੱਲ ਨੂੰ ਜਾਂ ਫਿਰ ਝੰਡੇ ਮਾਜਰੇ ਨੂੰ ਘੁੰਮ ਕੇ ਆਉਣਾ ਪੈਂਦਾ, ਪਰ ਚੰਗਾ ਝੰਡੇ ਮਾਜਰੇ ਦਾ ਵੀ ਰਸਤਾ ਖਰਾਬ ਹੋ ਗਿਆ, ਇਸ ਕਰਕੇ ਸਾਨੂੰ 2-3 ਦਿਨ ਤੋਂ ਬੜੀ ਮੁਸ਼ਕਿਲਾਂ ਆਈਆਂ ਘਰ ਜਾਣ ਨੂੰ ਆਉਣ ਨੂੰ, ਜੋ ਕਿ ਲੇਟ ਪਹੁੰਚੇ, ਕੋਈ ਰਸਤਾ ਨਹੀਂ। ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ? ਮੁਸ਼ਕਿਲਾਂ ਤਾਂ ਇੱਦਾਂ ਹੈਗੀਆਂ, ਜਿਹੜਾ ਮੇਨ ਰਸਤਾ ਹੈਗਾ ਇਹੀ ਹੈਗਾ ਚੰਡੀਗੜ੍ਹ ਨਾਲ, ਕਿਤੇ ਚੰਡੀਗੜ੍ਹ ਨਾਲ ਲਿੰਕ ਰੋਡ ਹੈਗਾ, ਅਤੇ ਜਦੋਂ ਕੋਈ ਮਤਲਬ ਆਮ ਆਦਮੀ ਆਉਂਦਾ ਹੈਗਾ, ਕੋਈ ਮਤਲਬ ਬਿਮਾਰ ਆਉਂਦਾ ਹੈਗਾ ਜਾਂ ਕੋਈ ਹੋਰ ਕਿਸੇ ਨੂੰ ਐਮਰਜੈਂਸੀ ਹੈਗੀ ਹੈ, ਤਾਂ ਦੂਰ ਦੀ ਘੁੰਮਣਾ ਪੈਂਦਾ ਹੈਗਾ, ਟਾਈਮ ਜ਼ਿਆਦਾ ਲੱਗਦਾ। ਰੋਡ ਪਰਲੀ ਸਾਈਡ ਵੀ ਖਰਾਬ ਹੈ ਜੀ, ਬਹੁਤ ਬੁਰਾ ਹਾਲ ਹੈ ਜੀ, ਕਿਉਂਕਿ ਮੇਨ ਤਾਂ ਜਿਹੜਾ ਹੈਗਾ ਰਸਤਾ ਜ਼ਰੂਰੀ ਹੈਗਾ, ਕਿਉਂਕਿ ਕੋਈ ਕਿਸੇ ਦੇ ਬੱਚਾ ਹੋਣੇ ਵਾਲਾ ਜਾਂ ਉਹ ਪ੍ਰੋਬਲਮ ਹੈਗੀ ਹੈ, ਜਾਂ ਕੋਈ ਮਰੀਜ਼ ਹੋਰ ਬਜ਼ੁਰਗ ਹੈਗਾ ਉਹਨੂੰ ਪ੍ਰੋਬਲਮ ਹੈਗੀ ਹੈ, ਕਿਉਂਕਿ ਘਰਾਂ ਦੇ ਵਿੱਚ ਅੱਜ ਕੱਲ੍ਹ 60,000 ਜ਼ਿਆਦਾ ਹੈਗੇ ਹੈ, ਇਸ ਇਲਾਕੇ ਘਾਟ ਦਾ ਏਰੀਆ ਹੈਗਾ, ਤੁਹਾਨੂੰ ਸਭ ਨੂੰ ਪਤਾ ਹੈਗਾ ਵੀ ਮਤਲਬ ਜਿੱਥੇ ਘਾਟ ਦਾ ਏਰੀਆ ਹੈਗਾ ਉੱਥੇ ਬਹੁਤ ਪ੍ਰੋਬਲਮ ਆਉਂਦੀ ਹੈਗੀ ਆਉਣ ਜਾਣ ਦੇ, ਕਿਉਂਕਿ ਆਵਾਜਾਈ ਸਹੀ ਰਹੇਗੀ, ਰੋਡ ਸਹੀ ਹੋਊਗਾ, ਤਾਂ ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਜੀ। ਪ੍ਰੋਬਲਮ ਦਾ ਜਨਾਬ ਬਹੁਤ ਬੜੀ ਵੀ ਮਰੀਜ਼ ਜਾਣੇ ਵਾਲਾ ਹੋਰ ਰਸਤੇ 'ਤੇ ਰੋਂਦੇ ਫਿਰਦੇ ਤੇ, ਧੰਨਵਾਦ ਇਹਨਾਂ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਉਰੇ ਖਬਰ ਦਵਾ ਕੇ ਬਹੁਤ ਮਿੱਟੀ ਮਿੱਟੀ ਦਵਾ ਕੇ ਜੋ ਵੀ ਹੈ ਰਸਤਾ ਚਾਲੂ ਕਰਤਾ ਜੀ, ਧੰਨਵਾਦ ਇਹਨਾਂ ਦਾ। ਥੈਂਕ ਯੂ ਜੀ। ਥੈਂਕ ਯੂ ਭਾਅ ਜੀ।